ਬਾਬਾ ਰਾਮਪਾਲ ਜੀ ਦੇ ਸਤਸੰਗ ਕਰ, ਹਾਂਜੀ, ਅਤੇ ਅਸੀਂ ਬੱਸ ਸਟੈਂਡ ਮੇਰੇ ਫਾਦਰ ਇਨ ਲੋ ਸਾਨੂੰ ਛੱਡ ਕੇ ਗਏ ਦੋਨਾਂ ਜਣਿਆਂ ਨੂੰ, ਮੇਰੀ ਮਦਰ ਇਨ ਲੋ ਅਤੇ ਮੈਨੂੰ, ਹਾਂਜੀ, ਅਤੇ ਉੱਥੇ ਆ ਕੇ ਅਸੀਂ ਵੇਟ ਕਰ ਰਹੇ ਸੀ ਬੱਸ ਦੀ, ਸਾਨੂੰ ਬੰਦੇ ਮਿਲੇ ਬੱਸ ਦੇ ਪਿੱਛੇ, ਪ੍ਰਾਈਵੇਟ ਬੱਸ ਸੀਗੀ, ਉਹਦੇ ਵਿੱਚ ਗੱਡੀ ਸੀ ਉਹਨਾਂ ਦੀ ਸਵਿਫਟ ਵਾਈਟ ਕਲਰ ਦੀ, ਉਹ ਸਾਨੂੰ ਕਹਿੰਦੇ ਕਿ ਤੁਸੀਂ ਆ ਜਾਓ, ਅਸੀਂ ਸਤਸੰਗ ਦੀ ਜਾ ਰਿਹਾ ਸੀ ਵੀ ਕਿ ਅਸੀਂ ਇੱਕ ਹੋਰ ਤੁਹਾਡੇ ਸਤਸੰਗ ਦੇ ਬੰਦੇ ਨੂੰ ਲੈਣਾ, ਹਾਂਜੀ, ਅਤੇ ਅਸੀਂ ਬੈਠ ਗਏ ਅਤੇ ਸਾਨੂੰ ਕਹਿੰਦੇ ਕਿ ਮੈਂ ਕਿਹਾ ਮੈਂ ਅੱਗੇ ਬੈਠ ਜਾਂਦੀ ਹਾਂ, ਕਹਿੰਦੇ ਨਹੀਂ ਤੁਸੀਂ ਪਿੱਛੇ ਬੈਠ ਜਾਓ ਕਿ ਅੱਗੇ ਕਿਸੇ ਹੋਰ ਦੇ ਸਤਸੰਗ ਦੇ ਬੰਦੇ ਨੂੰ ਬੈਠਣਾ, ਅਤੇ ਅਸੀਂ ਬੈਠ ਕੇ ਪਿੱਛੇ ਚਾਰ ਬੰਦੇ ਸੀ ਟੋਟਲ, ਅਸੀਂ ਪਿੱਛੇ ਦੋ ਜਨਾਨੀਆਂ ਸੀਗੀਆਂ ਮੋਟੀਆਂ, ਨੀਅਰ ਅਬਾਊਟ 50 ਈਅਰ ਸੀ ਦੋਨੋਂ ਜਨਾਨੀਆਂ, ਅਤੇ ਮੁੰਡਾ ਸੀ 30-32 ਈਅਰਸ ਦਾ, ਹਾਂਜੀ, ਸਵਿਫਟ ਕਾਰ ਸੀਗੀ, ਅਤੇ ਸਾਨੂੰ ਅੱਗੇ ਜਾ ਕੇ ਨਾ ਉਹਨਾਂ ਨੇ ਡਿਸਟ੍ਰਿਕਟ ਜਿਹੜਾ ਕੋਰਟ ਹੈ ਕੰਪਲੈਕਸ ਜਿਹੜਾ, ਹਾਂਜੀ, ਉਹਦੇ ਅੱਗੇ ਸਾਨੂੰ ਅੱਗੇ ਉਹਨਾਂ ਨੂੰ ਉਤਾਰਤਾ, ਅੱਛਾ ਜੀ, ਔਰ ਉਹਨਾਂ ਨੇ ਕੀ ਕੀਤਾ, ਉਹਨੇ ਪਹਿਲੇ ਮੈਨੂੰ ਉਤਾਰਿਆ, ਮੈਨੂੰ ਕਹਿੰਦਾ ਕਹਿੰਦੀ ਤੁਸੀਂ ਉਤਰੋ, ਮੈਨੂੰ ਉਤਾਰਤਾ, ਫਿਰ ਕਹਿੰਦੀ ਅੱਗੇ ਬੈਠ ਜਾਓ, ਫਿਰ ਉਹਨੇ ਮੈਨੂੰ ਉਤਾਰੀ ਤਾ ਪੂਰਾ, ਅਤੇ ਫਿਰ ਕਹਿੰਦੀ ਕਿ ਨਾ ਮੰਮੀ ਨੂੰ ਕਹਿੰਦੀ ਕਿ ਨਾ ਤੁਸੀਂ ਇੱਧਰ ਹੋਵੋ, ਅਤੇ ਮੰਮੀ ਨੂੰ ਬਿਠਾ ਲਿਆ ਉਹਨੇ, ਫਿਰ ਅੱਗੇ ਫਿਰ ਉਹਨੇ ਕੀ ਕੀਤਾ, ਖੜੀ ਹੋ ਕੇ ਨਾ ਮੰਮੀ ਦੀ ਚੂੜੀ ਕੱਟ ਲਈ ਉਹਨੇ ਸੋਨੇ ਦੀ, ਅੱਛਾ ਜੀ, ਸਾਨੂੰ ਪਤਾ ਨਹੀਂ ਚੱਲਿਆ, ਅੱਛਾ ਜੀ, ਅਤੇ ਜਦ ਮੈਂ ਉਤਰੀ, ਜਦ ਮੈਂ ਮੰਮੀ ਨੀਚੇ ਉਤਰੇ, ਅਤੇ ਮੰਮੀ ਨੂੰ ਕਹਿੰਦੀ ਕਿ ਤੁਸੀਂ ਬੱਸਾਂ ਆ ਜਾਓ, ਹਾਂਜੀ, ਅਤੇ ਫਿਰ ਗੱਡੀ ਦਮ ਤੋਂ 10:30 ਦੀ ਗੱਲ ਹੈ, ਫਿਰ ਗੱਡੀ ਤੇਜ਼ ਚਲਾ ਕੇ ਲੈ ਗਏ ਉਹ, ਫਿਰ ਮੈਂ ਮੰਮੀ ਨੂੰ ਪੁੱਛਿਆ ਕਿ ਮੰਮੀ ਆਪਣਾ ਇੱਕ ਵਾਰ ਗੋਲਡ ਵਾਲਾ ਸਾਰਾ ਚੱਕ ਕਰ ਲਓ, ਤਾਂ ਮੰਮੀ ਦੀ ਮੈਂ ਚੇਨ ਵੀ ਰੱਖੀ ਅਤੇ ਗੋਲਡ ਏਅਰਿੰਗਸ ਵੀ ਰੱਖੀ, ਇਹ ਸਭ ਕੁਛ ਸੀਗਾ ਉਹ, ਪਰ ਗੋਲਡ ਦੀ ਇੱਕ ਨਹੀਂ ਸੀਗਾ, ਕੜੀ ਚੂੜੀ ਨਹੀਂ ਸੀਗੀ, ਅਤੇ ਉੱਥੇ ਫਿਰ ਦੇਖਿਆ, ਫਿਰ ਅਸੀਂ ਨੀਅਰ ਅਸੀਂ 101 ਨੰਬਰ 'ਤੇ ਕਾਲ ਕੀਤੀ, ਫਿਰ ਪੁਲਿਸ ਵੀ ਆਈ, SHO ਵੀ ਆਇਆ ਇੱਥੇ, ਅਤੇ ਉਹਨਾਂ ਨੇ ਫਿਰ ਕੰਪਲੇਂਟ ਰਜਿਸਟਰਡ ਕੀਤੀ, ਅਤੇ ਫਿਰ ਉਹ ਕਹਿੰਦੇ ਆਪਣੇ ਮਾਛੀ ਵੱਡੇ ਥਾਣੇ ਜਾ ਕੇ ਆਓ, ਉੱਥੇ ਵੀ ਕੰਪਲੇਂਟ ਰਜਿਸਟਰਡ ਕਰਾਓ, ਉੱਥੇ ਵੀ ਕੰਪਲੇਂਟ ਰਜਿਸਟਰਡ ਹੋ ਗਈ, ਫਿਰ ਉਹ ਸਾਨੂੰ ਉਹਨਾਂ ਨੇ ਕਿਹਾ ਸਾਨੂੰ ਏਰੀਆ ਦਿਖਾਓ ਇੱਥੇ ਤੁਹਾਡੇ ਨਾਲ ਵਾਰਦਾਤ ਹੋਈ ਹੈ, ਫਿਰ ਅਸੀਂ ਉਹ ਵੀ ਦਿਖਾ ਕੇ ਲੈ ਕੇ ਆਏ ਉਹਨਾਂ ਨੂੰ, ਫਿਰ ਅਸੀਂ ਕਿਸੇ ਗਿੱਲ ਹਾਊਸ ਹੈ ਕੋਈ, ਅਸੀਂ ਉਹਨਾਂ ਦੇ ਕੈਮਰਾ 'ਚ ਗੱਡੀ ਦੀ ਫੋਟੋ ਕਰਵਾਈ, ਮੱਛੀਵਾੜੀ ਹੈ ਨਾ ਇਹ, ਹਾਂਜੀ ਹਾਂਜੀ, ਗਿੱਲ ਹਾਊਸ ਹੈ ਉਹਨਾਂ ਦੇ, ਅਸੀਂ ਘਰ ਤੋਂ ਫੋਟੋ ਦਿੱਤੀ ਗੱਡੀ ਦੀ, ਅਤੇ ਉਸ ਗੱਡੀ ਦੀ ਫੋਟੋ ਤਾਂ ਬਸ ਚੱਲ ਗਈ, ਪਰ ਉਹ ਗੱਡੀ ਦਾ ਨੰਬਰ ਫੇਕ ਦੱਸਿਆ ਜਾ ਰਿਹਾ ਸੀ, ਇਹ ਘਟਨਾ ਕਿੰਨੇ ਕੁ ਵਜੇ ਦੀ ਹੈ ਜੀ? ਇਹ ਘਟਨਾ ਹੈਗੀ ਜੀ 10:30 ਵਜੇ ਦੀ। ਅੱਛਾ ਜੀ, ਤੁਸੀਂ ਅੱਗੇ ਵੀ ਜਾਂਦੇ ਹੋ? ਹਾਂਜੀ, ਪਹਿਲਾਂ ਵੀ ਕਦੇ ਜਾਂਦੇ ਹੋ? ਪਹਿਲੇ ਵੀ ਨਹੀਂ, ਪਹਿਲੇ ਅਸੀਂ ਗਏ ਜਾਂਦੇ ਆ, ਫਸਟ ਟਾਈਮ ਹੀ ਜਾ ਰਹੇ ਸੀ ਅਸੀਂ, ਵੈਸੇ ਆਪਣੀ ਗੱਡੀ 'ਚ ਜਾਂਦੇ ਹਾਂ। ਅੱਛਾ ਜੀ, ਤੇ ਫਸਟ ਟਾਈਮ ਤੁਸੀਂ ਜਿਹੜਾ ਜਾ ਰਹੇ ਸੀਗੇ, ਹਾਂਜੀ, ਪਹਿਲਾਂ ਆਪਣੇ ਸਾਧਨ ਤੇ ਜਾਂਦੇ ਹਾਂ? ਹਾਂਜੀ ਹਾਂਜੀ। ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਹੁਣ? ਅਸੀਂ ਇਹ ਕਿ ਸਾਨੂੰ ਸਖ਼ਤ ਸਖ਼ਤ ਕਾਨੂੰਨ ਦੀ ਜਿਹੜੀ ਵੀ ਹੈ, ਸਖ਼ਤ ਸਖ਼ਤ ਕਾਰਵਾਈ ਹੋਏ, ਜਿਹੜਾ ਵੀ ਇਹ ਚੋਰ ਲੁੱਟਾਂ ਜਿਹੜੀ ਲੁੱਟੇ ਹੋ ਰਹੀਆਂ, ਸਭ ਕੁਛ ਇਹ ਬੰਦ ਕੀਤੀ ਜਾਣ। ਪਰ ਆਮ ਪਬਲਿਕ ਨੂੰ ਕੀ ਕਹਿਣਾ ਚਾਹੋਗੇ, ਆਮ ਲੋਕਾਂ ਨੂੰ ਵੀ, ਤੁਸੀਂ ਜਿਸ ਤਰ੍ਹਾਂ ਤੁਹਾਡੇ ਨਾਲ ਘਟਨਾ ਵਾਪਰੀ ਹੈ, ਕਿਸੇ ਹੋਰ ਨਾਲ ਕਿਹਦੇ ਵਰਗੀ? ਕਿ ਹੋਰ ਕਿਸੇ ਨਾਲ ਨਾ ਵਾਪਰੇ। ਹਾਂਜੀ, ਕਿਸੇ ਹੋਰ ਨਾ ਵਾਪਰੇ, ਸਤਰਕ ਹੋ ਜਾਣ ਕਿ ਲੋਕੀ ਵੀ ਕੇਅਰਫੁਲ ਰਹਿਣ ਅੱਗੇ ਤੋਂ, ਕਿ ਗੋਲਡ ਕੋਈ ਨਾ ਪਾਏ ਅੱਜ ਤੋਂ ਬਾਅਦ। ਮਦਰ, ਤੁਹਾਡਾ ਨਾਂ ਕੀ ਆ? ਮੇਰਾ ਨਾਮ ਸਵਰਨ ਕਾਮਤਾ। ਕਿੱਥੇ ਦਾ ਰਹਿਣ ਵਾਲੇ? ਅਸੀਂ ਮਾਛੀ ਸਾੜਾ ਸਾਹਿਬ, ਕ੍ਰਿਸ਼ਨਾਪੁਰੀ ਮਹੱਲਾ, ਮਾਛੀ ਸਾਹਿਬ ਰਹਿਣ ਵਾਲੇ। ਅੱਛਾ, ਅੱਜ ਕੀ ਘਟਨਾ ਵਾਪਰੀ ਹੈ ਤੁਹਾਡੇ ਨਾਲ? ਮੇਰੇ ਨਾਲ ਇਹ ਘਟਨਾ ਵਾਪਰੀ ਹੈ, ਮੈਨੂੰ ਅੱਖਾਂ ਤੋਂ ਦਿਖਾਈ ਘੱਟ ਦਿੰਦਾ, ਅਤੇ ਇੱਕ ਅੱਖ ਨਾਲ ਤਾਂ ਬਿਲਕੁਲ ਹੀ ਨਹੀਂ ਦਿਖਦਾ ਹੈਗਾ। ਹਾਂਜੀ। ਅਸੀਂ ਗਏ ਸੀ ਗੁਰੂਆਂ ਦੇ। ਅੱਛਾ ਜੀ। ਉੱਥੇ ਨਾ ਸਾਡੇ ਵੀ ਅਸੀਂ ਅੱਗੇ ਤਾਂ ਸਾਧਨ 'ਚ ਜਾਂਦੇ ਹਾਂ, ਅੱਜ ਅਸੀਂ ਬੱਸ 'ਚ ਚਲੇ ਗਏ, ਉੱਥੇ ਬੱਸ ਲਈ ਖੜੇ ਸੀਗੇ ਸਾਨੂੰ ਉਸ ਔਰਤ। ਜਾਣਾ ਕਿੱਥੇ ਸੀ ਤੁਸੀਂ? ਅਸੀਂ ਖਮਾਣੋ ਜਾਣਾ ਸੀਗਾ, ਸੱਤ ਲੋਕ ਆਸ਼ਰਮ 'ਚ। ਹਾਂਜੀ। ਅਤੇ ਸਾਨੂੰ ਨਾ ਕਹਿੰਦੇ ਵੀ ਤੁਸੀਂ ਆਵਾਜ਼ ਮਾਰੀ ਹੈ ਉਹਨਾਂ ਨੇ, ਆਂਟੀ ਆ ਜਾਓ, ਆਵਾਜ਼ ਮਾਰ ਕੇ ਸਾਨੂੰ ਬਿਠਾਇਆ ਉਹਨਾਂ ਨੇ, ਨਾਲ ਬਿਠਾ ਕੇ ਉੱਥੋਂ ਥੋੜ੍ਹੀ ਜਿਹੀ ਅੱਗੇ ਚਲੇ ਗਏ, ਫਿਰ ਇਸ ਨੂੰ ਬਹੂ ਨੂੰ ਉਤਾਰਤਾ ਨੀਚੇ, ਫਿਰ ਮੈਨੂੰ ਧੱਕੇ ਜਿਹੇ ਦੇਣ ਲੱਗ ਗਈ, ਕਹਿੰਦੀ ਇੱਧਰ ਨੂੰ ਹੋਵੋ, ਇੱਧਰ ਨੂੰ ਹੋਵੋ,
ਠੀਕ ਹੋ ਬੈਠੋ ਹੈ ਜਦ ਵੀ ਜੀ ਤੁਸੀਂ ਇੱਧਰ ਨੂੰ ਠੀਕ ਹੋਵੋ ਮੈਂ ਕਿਹਾ ਵੀ ਤੁਸੀਂ ਉੱਤਰ ਕੇ ਸੈੱਟ ਹੋਇਆ ਜਾਊਗਾ ਇਹ ਤਾਂ ਹੈ ਇੰਨੇ ਨੂੰ ਉਹਨੇ ਮੇਰੀ ਮੈਨੂੰ ਨਹੀਂ ਪਤਾ ਲੱਗਿਆ ਕਿਸ ਵੇਲੇ ਉਹਨਾਂ ਨੇ ਚੂੜੀ ਕੱਟ ਲਈ ਅਤੇ ਮੁੜ ਕੇ ਮੈਨੂੰ ਕਹਿੰਦੀ ਇਹ ਮੈਨੂੰ ਧੱਕੇ ਦੇਣ ਲੱਗ ਗਈ ਕਹਿੰਦੇ ਉਤਰੋ ਉਤਰੋ ਨੀਚੇ ਫਿਰ ਗੱਡੀ ਭਜਾ ਲਈ ਉਹਨਾਂ ਨੇ ਜਦੋਂ ਅਸੀਂ ਨੀਚੇ ਉੱਤਰ ਗਏ ਤਾਂ ਕਹਿੰਦੀ ਤਾਂ ਉਹਦੇ ਵਿੱਚ ਆ ਜਾਇਓ ਤੁਸੀਂ ਬੱਸ ਏ ਆ ਜਾਇਓ ਕਿੰਨੇ ਬੰਦੇ ਸੀ ਗੱਡੀ 'ਚ ਗੱਡੀ 'ਚ ਦੋ ਔਰਤਾਂ ਸੀ ਇੱਕ ਜੈਂਟਸ ਸੀਗਾ ਕੀ ਮੰਗ ਕਰਦੇ ਤੁਸੀਂ ਥਾਣੇ ਗਏ ਰਿਪੋਰਟ ਲਿਖਾਈ ਹਾਂਜੀ ਇੱਥੋਂ ਰਿਪੋਰਟ ਲਿਖਾਈ ਵੀ ਆ ਸਾਡੀ ਚਰਨਜੀਤ ਥੋਪੀਆ ਜੀ ਮੇਰਾ ਬ੍ਰਦਰ ਹੈ ਉਹਨਾਂ ਨੇ ਵੀ ਆਪਣਾ ਫੋਨ ਕੀਤੇ ਆ ਥਾਣੇ ਵੀ ਜਾ ਕੇ ਆਏ ਹਾਂ ਉਹਨਾਂ ਨੂੰ ਮਿਲ ਕੇ ਆਏ ਹਾਂ ਅਤੇ ਇਹ ਉਹ ਜਿਹੜੇ ਹੈਗੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਉਹਦੇ ਵਿੱਚ ਇੱਕ ਤਾਂ ਬੱਸ ਸਟੈਂਡ ਦੇ ਵਿੱਚ ਚੌਂਕੀ ਦਾ ਪ੍ਰੋਗਰਾਮ ਚੌਂਕੀ ਦਾ ਇੰਤਜ਼ਾਮ ਹੋਣਾ ਚਾਹੀਦਾ ਕੈਮਰਿਆਂ ਦਾ ਇੰਤਜ਼ਾਮ ਹੋਣਾ ਚਾਹੀਦਾ ਦੁਨੀਆ ਨੂੰ ਸਤਰਕ ਹੋਣਾ ਚਾਹੀਦਾ ਜਿਸ ਦਿਨ ਵੀ ਉਹ ਮਿਲ ਜਾਣ ਉਹਨਾਂ ਨੂੰ ਫੜਨਾ ਚਾਹੀਦਾ ਫੜ ਕੇ ਕੁੱਟਣੇ ਚਾਹੀਦੇ ਆ ਉਹ